ਪੰਜਾਬੀ ਨੂੰ ਸਾਥੀਓ ਮੈਂ ਫਲਜਿੰਦਰ ਤੂਫਾਨ ਡਾਕਟਰ ਅੰਬੇਡਕਰ ਜੀ ਦੇ ਚੈਨਲ ਤੋਂ ਅੱਜ ਜਿਨ੍ਹਾਂ ਦੀ ਮੈਂ ਤੁਹਾਡੇ ਨਾਲ ਮੁਲਾਕਾਤ ਕਰਵਾਉਣ ਜਾ ਰਿਹਾ ਮੇਰੇ ਨਾਲ ਨੇ ਬੇਗਮਪੁਰਾ ਟਾਈਗਰ ਫੋਰਸ ਦੁਆਬਾ ਜ਼ੋਨ ਦੇ ਚੇਅਰਮੈਨ ਔਰ ਬਿਆਨਾ ਕਾਂਡ ਦੇ ਸੰਘਰਸ਼ ਕਮੇਟੀ ਜੋ ਹੈ ਉਹਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਾਕਟਰ ਅਜੇ ਮਲ ਜੀ ਸੋ ਜਿਨ੍ਹਾਂ ਦੇ ਨਾਲ ਕਿ ਚੰਦਰ ਸ਼ੇਖਰ ਜੀ ਲਾਸਟ ਟਾਈਮ ਤੱਕ ਅਰੈਸਟ ਹੋਣ ਤੱਕ ਜਿਨ੍ਹਾਂ ਦੇ ਨਾਲ ਸੀਗੇ ਔਰ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਚੰਦਰ ਸ਼ੇਖਰ ਰਾਵਣ ਜੀ ਦਾ ਵਿਜ਼ਿਟ ਕਰਵਾਇਆ ਔਰ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਤੁਹਾਡੀ ਚੰਦਰ ਸ਼ੇਖਰ ਰਾਵਣ ਜੀ ਨਾਲ ਕੀ ਅੰਦਰ ਕੀ ਰਣਨੀਤੀ ਬਣੀ ਹੈ ਸਭ ਤੋਂ ਪਹਿਲਾਂ ਸਾਰੇ ਮੇਰੇ ਯਾਰਾਂ ਦੋਸਤਾਂ ਨੂੰ ਔਰ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਜਿੰਨੇ ਵੀ ਸਾਡੇ ਸਮਾਜ ਦੇ ਆਗੂ ਔਰ ਮੇਰੀਆਂ ਭੈਣਾਂ ਭਰਾ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਕ੍ਰਾਂਤੀਕਾਰੀ ਜੈ ਭੀਮ ਔਰ ਅੱਜ ਮੈਂ ਕੱਲ੍ਹ ਮੈਂ ਫੋਨ ਕੀਤਾ ਸੀ ਤਾਂ ਮੇਰੀ ਗੱਲ ਹੋਈ ਸੀ ਸ਼ੇਖਰ ਜੀ ਨਾਲ ਤਾਂ ਉਹਨਾਂ ਨੇ ਮੈਨੂੰ ਸਪੈਸ਼ਲ ਇਹ ਗੱਲ ਕਹੀ ਸੀ ਵੀ ਤੁਸੀਂ ਰਾਤ ਦੇ ਸਮੇਂ ਆਉਣਾ ਕਿਉਂਕਿ ਸਵੇਰ ਤੋਂ ਉਹਨਾਂ ਦੇ ਕੋਲ ਇੱਥੇ ਘਰ ਦੇ ਵਿੱਚ ਕਾਫੀ ਲੋਕਾਂ ਦਾ ਜਮਾਵੜਾ ਸੀ ਔਰ ਉਹਨਾਂ ਦੇ ਮਿਲਣ ਵਾਲੇ ਉਹਨਾਂ ਦੇ ਚਾਹਵਾਨ ਜਿਹੜੇ ਹੈਗੇ ਆ ਉਹਨਾਂ ਦੇ ਫੋਲੋਅਰ ਹੈਗੇ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਸੀਗੇ ਤਾਂ ਜਿਸ ਕਾਰਨ ਫਿਰ ਸਾਡੀ ਕੋਈ ਇੰਨੀ ਵਧੀਆ ਗੱਲ ਨਹੀਂ ਹੋਣੀ ਸੀਗੀ ਸੋ ਮੈਂ ਕੱਲ੍ਹ ਅਸੀਂ ਤਕਰੀਬਨ 4 ਵਜੇ ਤੁਰੇ ਸੀਗੇ ਅਤੇ ਰਾਤੀ 12 ਵਜੇ ਅਸੀਂ ਇੱਥੇ ਪਹੁੰਚੇ ਹਾਂ ਅਤੇ ਉਸਦੇ ਵਿੱਚ ਇਹੀ ਹੈ ਕਿ ਰਾਤੀ 10 ਵਜੇ ਪਹੁੰਚਣ ਤੋਂ ਬਾਅਦ ਫਿਰ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ ਉਹ ਤਕਰੀਬਨ ਥੋੜ੍ਹੀ ਹੋਈ ਕਿਉਂਕਿ ਉਹ ਵੀ ਬਹੁਤ ਥੱਕ ਚੁੱਕੇ ਸੀਗੇ ਅਤੇ ਮੋਰਨਿੰਗ ਮੇਰੀ ਗੱਲ ਹੋਈ ਸੀਗੀ ਅਤੇ ਫਿਰ ਮੈਂ ਉਹਦੇ ਨਾਲ ਸ਼ੇਖਰ ਜੀ ਦੇ ਨਾਲ ਅੱਧਾ ਕੁ ਘੰਟਾ ਸਿਰਫ ਪੰਜਾਬ ਦੇ ਮਸਲੇ ਦੇ ਉੱਤੇ ਗੱਲ ਹੋਈ ਸੀਗੀ ਉਹਨਾਂ ਨੇ ਮੈਨੂੰ ਆਸ਼ਵਾਸਨ ਦਵਾਇਆ ਸੀਗਾ ਕਿ ਆਪਾਂ ਥੋੜ੍ਹੇ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਤਿਆਰੀ ਹੈਗੀ ਆ ਪੰਜਾਬ ਦੀ ਉਹਨਾਂ ਨੇ 7-8 ਦਿਨ ਦੇ ਵਿੱਚ ਪੰਜਾਬ ਆਉਣਾ ਹੈਗਾ ਔਰ ਮੇਰੀ ਇਸ ਵਿਸ਼ੇ ਦੇ ਉੱਤੇ ਗੱਲ ਹੋਈ ਆ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਨਤਮਸਤਕ ਹੋਣਾ ਆਪਣੇ ਡੇਰਾ ਸੱਚਖੰਡ ਬੱਲਾਂ ਦੇ ਵਿੱਚ ਆਉਣਾ ਔਰ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਲੈਣਗੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੇ ਭਗਵਾਨ ਵਾਲਮੀਕ ਤੀਰਥ ਸਥਲ ਹੈਗਾ ਆ ਉੱਥੇ ਦਾ ਪ੍ਰੋਗਰਾਮ ਹੈਗਾ ਆ ਉਸ ਤੋਂ ਬਾਅਦ ਫਿਰ ਖੁਰਾਲਗੜ੍ਹ ਸਾਹਿਬ ਦਾ ਪ੍ਰੋਗਰਾਮ ਹੈਗਾ ਅਤੇ ਇੱਦਾਂ 3 ਕੁ ਪ੍ਰੋਗਰਾਮ ਹੈਗੇ ਉਸ ਤੋਂ ਬਾਅਦ ਫਿਰ ਜਿਹੜੀ ਭੀਮ ਆਰਮੀ ਦੀ ਜਿਹੜੀ ਹੈਗੀ ਆ ਕਾਰਿਆਕਰਨੀ ਬਣਨੀ ਉਹਦੇ ਉੱਤੇ ਵੀ ਜਿਹੜਾ ਹੈਗਾ ਆ ਕਿ ਉਹ ਤੁਹਾਨੂੰ ਪਤਾ ਹੈ ਕਿ ਉਹ 7-8 ਦਿਨ ਤੋਂ ਬਾਅਦ ਜਿਹੜਾ ਹੈਗਾ ਆ ਉਹਦਾ ਵੀ ਗਠਨ ਕਰਨਾ ਹੈ ਸੋ ਕਈ ਗੱਲਾਂ ਨੂੰ ਲੈ ਕੇ ਇੱਦਾਂ ਦੀਆਂ ਗੱਲਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਸਾਡੀ ਗੱਲਬਾਤ ਹੋਈ ਆ ਅਤੇ ਬਾਕੀ ਰਹੀ ਗੱਲ ਦੂਸਰੀ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਆਪਾਂ 15-20 ਦਿਨ ਸਾਡੇ ਕੋਲ ਰਹੇ ਸੀਗੇ ਔਰ ਲਾਸਟ ਤੱਕ ਆਪਾਂ ਉਹਨਾਂ ਦੇ ਨਾਲ ਹੀ ਰਹੇ ਹਾਂ ਔਰ ਉਸ ਮੇਰੇ ਤੋਂ ਜ਼ਿਆਦਾ ਤਾਂ ਉਹ ਸਾਰੇ ਜਾਣਦੇ ਹੀ ਆ ਬਾਕੀ ਉਸ ਟਾਈਮ 'ਤੇ ਜਿੰਨੀਆਂ ਮੁਸੀਬਤਾਂ ਆਪਾਂ ਝੇਲੀਆਂ ਸੀਗੀਆਂ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਉਸ ਵੇਲੇ ਕਿੰਨਾ ਵਾਦ ਵਿਵਾਦ ਹੋਇਆ ਸੀਗਾ ਕਈਆਂ ਲੋਕਾਂ ਨੇ ਮੇਰੇ ਖਿਲਾਫ਼ ਬਹੁਤ ਗਲਤ ਪੋਸਟਾਂ ਵੀ ਪਾਈਆਂ ਸੀਗੀਆਂ ਜਿਹਨਾਂ ਮਤਲਬ ਜਿਹੜਾ ਇੰਨਾ ਜ਼ਿਆਦਾ ਵਿਵਾਦ ਹੋਇਆ ਉਸ ਵੇਲੇ ਲੋਕਾਂ ਨੇ ਜੋ ਤੁਹਾਡੇ ਖਿਲਾਫ਼ ਕਈ ਐਲੀਗੇਸ਼ਨ ਲਗਾਏ ਤੁਹਾਡੇ ਉੱਤੇ ਅਤੇ ਕਈ ਪੋਸਟਾਂ ਵੀ ਪਾਈਆਂ ਇਸ ਬਾਰੇ ਤੁਹਾਡੀ ਕੀ ਰਾਏ ਆ ਕੀ ਕਹਿਣਾ ਵੀ ਇਹ ਬਹੁਤ ਵਧੀਆ ਗੱਲ ਪੁੱਛੀ ਆ ਦੇਖੋ ਜਿਹੜੀ ਪਤੰਗ ਉੱਚੀ ਉੜਨੀ ਉਹਨੂੰ ਪੇਚੇ ਪੈਣੇ ਆ ਇਹ ਤਾਂ ਪੰਜਾਬੀ ਦੀ ਕਹਾਵਤ ਆ ਕਿ ਜਦੋਂ ਕਾਂ ਜਿਹੜਾ ਕਾਂ ਆ ਨਾ ਉਹ ਕਦੀ ਨਹੀਂ ਬਾਜ਼ ਨੂੰ ਉੱਚਾ ਉੜਦਾ ਦੇਖ ਕੇ ਖੁਸ਼ ਨਹੀਂ ਹੁੰਦਾ ਉਹਨੂੰ ਇਹ ਹੁੰਦਾ ਕਿ ਮੇਰੇ ਜਿੱਡੀ ਉਡਾਰੀ ਮਾਰੇ ਹਰ ਬੰਦੇ ਦੀ ਸੋਚ ਇਹ ਹੁੰਦੀ ਆ ਕਿ ਇਹ ਬੰਦਾ ਉੱਚਾ ਉੜਦਾ ਪਿਆ ਕਿਉਂ ਨਾ ਇਹਨੂੰ ਥੱਲੇ ਸੁੱਟੀਏ ਉਸ ਵੇਲੇ ਜਦੋਂ ਚੰਦਰ ਸ਼ੇਖਰ ਆਜ਼ਾਦ ਰਾਵਣ ਜਦੋਂ ਗ੍ਰਿਫਤਾਰ ਹੋਇਆ ਕਿਉਂਕਿ ਉਹਦੇ ਪਿੱਛੇ ਪਹਿਲਾਂ ਹੀ ਆਲਰੇਡੀ STF ਲੱਗੀ ਹੋਈ ਸੀਗੀ STF ਜਿਹੜੀ ਬਰੱਪਾ ਨੂੰ 2 ਘੰਟੇ ਦੇ ਵਿੱਚ ਲੱਭ ਸਕਦੀ ਆ ਜੰਗਲਾਂ ਦੇ ਵਿੱਚੋਂ ਤਾਂ ਚੰਦਰ ਸ਼ੇਖਰ ਦੀ ਤੁਹਾਨੂੰ ਲੱਭਣਾ ਤਾਂ ਉਹ ਤਾਂ ਹੈ ਹੀ ਰੋਡ ਦੇ ਉੱਤੇ ਬੈਠਾ ਸੀ ਪੱਧਰੇ ਬੈਠਾ ਸੀ ਸੋ ਉਹਨੂੰ ਲੱਭਣਾ ਵੀ ਪੋਸੀਬਲ ਸੀਗਾ ਉਹ ਅੱਜ ਨਹੀਂ ਤਾਂ ਕੱਲ੍ਹ ਫੜ ਹੋਣਾ ਹੀ ਸੀ ਠੀਕ ਆ ਬਟ ਇਹ ਆ ਕਿ ਉਹਦੇ ਵਿੱਚ ਮੇਰੀ ਕੋਈ ਇੱਦਾਂ ਦੀ ਮਨਸ਼ਾ ਥੋੜ੍ਹੀ ਸੀਗੀ ਕਿ ਮੈਂ ਉਹਨੂੰ ਫੜਾਇਆ ਪਰ ਕੁਛ ਸ਼ਰਾਰਤੀ ਅੰਸਰਾਂ ਨੇ ਜਿੱਦਾਂ ਕਿ ਲੋਕਾਂ ਨੇ ਤੁਹਾਡੇ ਉੱਤੇ ਐਲੀਗੇਸ਼ਨ ਲਾਏ ਕਿ ਮਤਲਬ ਤੁਸੀਂ ਕੁਛ ਚੰਦ ਪੈਸਿਆਂ ਕਰਕੇ ਜਿੱਦਾਂ ਕੋਈ ਬਥੇਰਾ ਕੁਛ ਕਿਹਾ ਤਾਂ ਇੱਦਾਂ ਹੀ ਕਹਿੰਦੇ ਆ ਪਰ ਉਹ ਚੰਦਰ ਸ਼ੇਖਰ ਬਾਹਰ ਆ ਗਿਆ ਜੇ ਉਹ ਇੱਦਾਂ ਦੀ ਗੱਲ ਹੁੰਦੀ ਮੈਨੂੰ ਫੋਨ ਕਰਕੇ ਕਿਉਂ ਬੁਲਾਉਂਦਾ ਆਪਣੇ ਘਰ ਮੈਨੂੰ ਕਿਉਂ ਸੱਦਦਾ ਮੇਰੇ ਪਰਿਵਾਰ ਦੇ ਨਾਲ ਉਹਦਾ ਫੈਮਿਲੀ ਰਿਲੇਸ਼ਨ ਹੈ ਔਰ ਮੇਰਾ ਉਹਨਾਂ ਦੇ ਨਾਲ ਉਹਦੇ ਮਾਤਾ ਦੇ ਨਾਲ ਉਹਦੇ ਬ੍ਰਦਰ ਦੇ ਨਾਲ ਉਹਨਾਂ ਦੀ ਸਾਰੀ ਫੈਮਿਲੀ ਦੇ ਨਾਲ ਮੇਰੀਆਂ ਡੇਲੀ ਗੱਲਾਂ ਹੁੰਦੀਆਂ ਮੇਰੀ ਪਰਿਵਾਰਕ ਸਾਂਝ ਆ ਚੰਦਰ ਸ਼ੇਖਰ ਆਜ਼ਾਦ ਰਾਵਣ ਦੇ ਨਾਲ ਔਰ ਮੈਨੂੰ ਕੋਈ ਕਿਸੇ ਲਾਲਚ ਨਹੀਂ ਹੈਗਾ ਕਿਸੇ ਚੀਜ਼ ਦਾ ਵੀ ਨਾ ਮੈਨੂੰ ਅਹੁਦਿਆਂ ਦੀ ਭੁੱਖ ਵਾ ਕਿ ਮੈਨੂੰ ਜੀ ਉਹ ਭੀਮ ਆਰਮੀ ਦਾ ਕੋਈ ਚੀਫ ਬਣਾ ਦਊਗਾ ਜਾਂ ਮੈਨੂੰ ਕੁਛ ਨਹੀਂ ਮੈਂ ਤਾਂ ਕਹਿੰਦਾ ਕੋਈ ਵਧੀਆ ਪੜ੍ਹਿਆ ਲਿਖਿਆ ਐਜੂਕੇਟਡ ਬੰਦਾ ਹੋਵੇ ਔਰ ਅਗਾਂਹ ਵਧੂ ਹੋਵੇ ਵਧੀਆ ਸੋਚ ਵਾਲਾ ਹੋਵੇ ਸਮਾਜ ਪ੍ਰਤੀ ਡੈਡੀਕੇਟਡ ਹੋਵੇ ਉਸ ਬੰਦੇ ਨੂੰ ਉਹ ਅੱਗੇ ਲਿਆਵੇ ਮੈਨੂੰ ਸਾਨੂੰ ਕੋਈ ਅਸੀਂ ਤਾਂ ਇੱਕ ਵਰਕਰ ਦੇ ਤੌਰ 'ਤੇ ਕੰਮ ਕਰਾਂਗੇ ਜਿੱਥੇ ਸਾਡੀ ਡਿਊਟੀ ਲਾਊਗਾ ਅਸੀਂ ਉਹਦੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜ੍ਹੇ ਹਾਂ ਔਰ ਜਿੱਦਾਂ ਕਿ ਤੁਸੀਂ ਉਹਨਾਂ ਦੇ ਘਰ ਦੇ ਵਿੱਚ ਤੁਹਾਡੇ ਤੁਸੀਂ ਕਹਿ ਰਹੇ ਹੋ ਫੈਮਿਲੀ ਰਿਲੇਸ਼ਨ ਆ ਔਰ ਤੁਸੀਂ ਰਾਤ ਦੇ ਆਏ ਹੋਏ ਹੋ ਔਰ ਉਹਨਾਂ ਦੀ ਫੈਮਿਲੀ ਵੱਲੋਂ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਰਿਹਾ ਉਹਨਾਂ ਦੀ ਫੈਮਿਲੀ ਦੇ ਨਾਲ ਤਾਂ ਬਹੁਤ ਹੀ ਜ਼ਿਆਦਾ ਵਧੀਆ ਰਿਲੇਸ਼ਨ ਹੈਗੇ ਆ ਉਹਨਾਂ ਦੇ ਮਦਰ
वह मैनू अपना दूजा पुत समझते हैं शेखर तो बाद। और मेरे मिसिज के नाल डेली उन्हों की गल हुंदी रहिंदी है, बच्चों के नाल गल हुंदी है। और ये नहीं कि शेखर दे जेल जदों दा गया है उस तो बाद लगातार फैमिली दे नाल टच दे विच हैगे आ, कोई इदां दी गल नहीं। बाकी ये हैगा कि उतरा चढ़ा आउंदे रहिंदे आ, वह टाइम नहीं रहा तो यह भी टाइम नहीं रहना, वह अज बाहर आ गया, वह सारयां नूं पता ही है, हुण किसे नूं दसण दी लोड़ नहीं। हुण उही लोग आ जिहड़े मेरा विरोध करदे सीगे वह अज चुप हो गए आ, क्योंकि पता उहनां नूं कि इह जो भी कीता गलत कीता, और उहदे पिछे जिहड़ा हैगा उह जिहड़ा जिहड़े बंदे शरारती विच बैठे आ उहनां दी शमूलियत सीगी। जिस तरीके सर तुहाडे नाल रणनीति बनाने की गलबात हुई है चंद्रशेखर रावण की पंजाब दे विच, और एक किस तरीके की रणनीति किस तरीके की मूवमेंट तुसीं पंजाब दे विच खड़ी करोगे, थोड़ा इहदे बारे विस्तार नाल दस्सो। चंद्रशेखर आजाद रावण की जिहड़ी सोच हैगी आ उह इही आ कि जिन्नियां भी भारत दे विच जिन्नियां जथेबंदियां हैगियां उह सारियां इकट्ठियां हो के एक झंडे थले काम करन, और सारी जिहड़ी आ जिन्नियां भी जथेबंदियां बनियां चाहे पंजाब दियां आ चाहे हरियाणे दियां आ, और वह सारिया जड़िया जथेबंदियां है वो लगभग चंद्रशेखर के जाने के वो संपर्क के हूँ। हरियाणे तो सतपाल तवर जी आए थे, होर भी स्टेटा तो काफ़ी आगू आए थे, और बख बख ज स्टेटा तो बहुत सारे लोग आए थे, और सारे की सोच यही है तकरीबन कि सारे इकट्ठे होकर काम करिए, एक प्लेटफॉर्म पर काम करिए, भीम आर्मी के चैनल पर काम करिए, और जे वो तद ही होगा कि जे सारे दी देखो बाबा साहब जी ने भी यह गल कही है कि फोर्सा संगठन जिन्हें मर्जी बन जाए पर आगुआ की सोच एक होनी चाहिए है, और उन्होंने सोच भी यही है शेखर की कि जे आप सारिया संस्थावं जड़िया है इकट्ठिया होकर एक रणनीति तैयार करिए, और गांह जी हैगी अपनी इस चीज़ में जी हैगी असी अपनी पावर न मजबूत करिए, उन्हां दी रणनीति हैगी है। और तुहाडे हिसाब दे नाल जिहड़ा 2019 दे विच इलैक्शन हो रहा है उहदे विच किस तरीके जो पंजाब दे माहौल आ, तुसीं पंजाब दे माहौल तो बिल्कुल चंगी तरह वाकफ हो, और उहदे विच किस तरीके दे नाल पंजाब दे विच किस पार्टी की सरकार आनी चाहिए है? देखो मैं पार्टीबाजी की तो मैं कभी गल नहीं करदा, मैनू तो इन्ना पता कि सानू तो उस पार्टी दे नाल ज़्यादा होना चाहिए भी जिहड़ी पार्टी साढ़े समाज के हित लई गल करदी आ, है ना, असी तो उहदे नाल ही खड़े होवांगे। तुहाडे हिसाब दे नाल समाज दे हित दी कीहड़ी पार्टी आ जिहड़ी गल करदी आ? समाज दे मैं वैसे पार्टी दी आपां ना गल करिए तां ज़्यादा बेहतर आ, ते आपां इह आ कि हजे फिलहाल जिहड़ा हैगा आ जिहड़ी साडे ही आ जिहड़ी बीजेपी आ जिहड़ी एंटी शेड्यूल कास्ट पार्टी आ, असी हजे तां उहनां नूं आ भी जिहड़े साडे संविधान दे नाल छेड़खानी करदे आ, आए दिन इदां दीआं हरकतां करदे आ, देवकी नंदन वर्गे जिहड़े इहनां दे गुलाम हैगे आर एस एस दे गुलाम जिहड़े साडे खिलाफ़ बोलदे आ, जिहड़े मंदरां तों जाण तों बंद करदे आ, और जिहड़े कहिंदे कि असी 6 तरीक नूं भारत बंद दी कॉल दित्ती सीगी, और जिन्हां को घर के दरवाजे भी नहीं बंद होए, जिन्हां ने पंजाब भारत बंद दीआं गल्लां करदे आ, इदां दे जिहड़े जिहड़े लोग हैगे आ उह इहनां दे छड्डे उह बंदे आ आर एस एस दे लोग आ उह, और साडी जिहड़ी लड़ाई आ उह आर एस एस दे खिलाफ़ आ, और इहनां जिहड़ियां सत्तारूढ़ पार्टियां इहनां दे खिलाफ़ आ, क्योंकि इन्हां ने कभी भी इन्हां ने हमेशा दलितों का घाण किया, इन्हां ने कभी साडे साडे हित की गल नहीं की, इस करके जिहड़ा हैगा इन्हां नूं जिहड़ी भाजपा की सरकार आ शेड्यूल का एंटी शेड्यूल का सरकार आ इनू सत्ता तो बाहर करना जिहड़ा इस वेले बहुत ज़्यादा लाजमी बन गया। सो तुहाडा बहुत बहुत धन्यवाद जी। सो जय भीम जय भारत। फलजिंदर अत्तू रिपोर्ट के नाल कैमरामैन सुनील।